ਸਰ ਦੱਸ ਦਿਓ ਜਿਹੜੀ ਰਿਕਵਰੀ ਕੀਤੀ ਉਹਦੇ ਬਾਰੇ। ਇੱਕ 9 ਮਾਰਚ ਨੂੰ ਸ਼ਾਮੀ ਕਰੀਬ 11:30 ਵਜੇ ਦੇ ਲਾਗੇ ਇੱਕ ਇਨਸੀਡੈਂਟ ਹੋਇਆ ਸੀ ਬਾਬਾ ਸੰਗਤ ਸਿੰਘ ਨਗਰ ਜਿਹੜਾ ਉਹਦੇ ਵਿੱਚ ਜਸਪ੍ਰੀਤ ਸਿੰਘ ਜੱਸਾ ਸੀਗਾ ਉਹਦਾ ਮਰਡਰ ਕਰ ਦਿੱਤਾ ਸੀਗਾ ਜਿਹਦੇ ਵਿੱਚ ਦੋਸ਼ੀ ਅਜੇ ਕਾਲੂ ਅਤੇ ਵਿਜੇ ਕਾਕੂ ਸੀਗੇ ਅਤੇ ਦੋਨੇ ਭਰਾ ਸੀਗੇ ਇਹਨਾਂ ਨੇ ਇਹਦਾ ਫਾਇਰ ਆਰਮ ਯੂਜ਼ ਕਰਕੇ ਅਤੇ ਇਹਨੂੰ ਜੱਸੇ ਨੂੰ ਜਿਹੜਾ ਮਰਡਰ ਕਰ ਦਿੱਤਾ ਸੀ ਉਸ ਸੰਬੰਧ ਵਿੱਚ ਆਪਾਂ ਜਿਹੜਾ ਡਿਊਰਿੰਗ ਇਨਵੈਸਟੀਗੇਸ਼ਨ ਇਹ ਦੋਨਾਂ ਨੂੰ ਅਰੈਸਟ ਕਰ ਲਿਆ ਸੀਗਾ ਕਰਕੇ ਅਤੇ ਇਹਦੇ 'ਚੋਂ ਜਿਹੜਾ ਵੈਪਨ ਓਫੈਂਸ ਜਿਹੜਾ ਉਹ ਬਰਾਮਦ ਕਰ ਲਿਆ ਸੀਗਾ ਉਸ ਤੋਂ ਬਾਅਦ ਮੈਡਮ ਸਿਟੀ ਵਨ ਇਹਨਾਂ ਨੇ ਬੜੀ ਸਸਟੇਨਡ ਇਨਵੈਸਟੀਗੇਸ਼ਨ ਕੀਤੀ ਉਹਦੇ ਦੌਰਾਨ ਜਿਹੜਾ ਸਾਨੂੰ ਇਹਨਾਂ ਨੇ ਐਡਮਿਟ ਕੀਤਾ ਵੀ ਸਾਡੇ ਕੋਲ 2 ਵੈਪਨ ਜਿਹੜੇ ਘਰ ਹੋਰ ਪਏ ਨੇ ਜਿਹੜੇ ਦੇਸੀ ਨੇ ਜਿਹੜੇ ਇਹਨਾਂ ਕਿ ਬਿਹਾਰ ਤੋਂ ਇਹਨਾਂ ਨੂੰ ਮਿਲੇ ਸੀਗੇ ਉਹ ਵੈਪਨ ਵੀ ਅਸੀਂ ਇਹਨਾਂ ਤੋਂ ਜਿਹੜੇ ਰਿਕਵਰ ਕਰਕੇ ਅਤੇ ਇਹਨਾਂ 'ਤੇ ਜਿਹੜੀ FIR ਜਿਹੜੀ ਉਹ ਲੌਜ ਕਰ ਲਈ ਆ ਹੁਣ ਅਸੀਂ ਤਫਤੀਸ਼ ਕਰ ਰਹੇ ਹਾਂ ਵੀ ਇਹ ਵੈਪਨ ਆਏ ਕਿੱਥੋਂ ਆ ਜਿੱਥੋਂ ਆਏ ਆ ਉਹ ਬੰਦੇ ਬਾਰੇ ਸਾਨੂੰ ਵਾਈਟਲ ਕਲਿਊ ਮਿਲ ਗਿਆ ਅਸੀਂ ਉਹਨੂੰ ਹੋਰ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹਦੇ ਬਾਰੇ ਵੀ ਉਹ ਜਲੰਧਰ ਦੇ ਵਿੱਚ ਕਿੱਥੇ ਕਿੱਥੇ ਨੂੰ ਸਪਲਾਈ ਕੀਤੇ ਆ ਉਹ ਸਾਰੀ ਅਸੀਂ ਸਪਲਾਈ ਲਾਈਨ ਉਹਦੀ ਪਲੱਸ ਜਿਹਨੂੰ ਉਹਨੇ ਹੈਂਡ ਓਵਰ ਕੀਤੇ ਉਹਦੇ ਤੱਕ ਅਸੀਂ ਇਹ ਕੇਸ ਦੀ ਇਨਵੈਸਟੀਗੇਸ਼ਨ ਨੂੰ ਪਹੁੰਚਾਵਾਂਗੇ ਇਸ ਦੇ ਨਾਲ ਹੀ ਜਿਹੜਾ ਇੱਕ ਸਿਟੀ 1 ਦੇ ਵਿੱਚ ਸਿਟੀ 2 ਦੇ ਵਿੱਚ ਮਿਸਟਰ ਪਰਮਿੰਦਰ ਭੰਡਾਰ ਇਹਨਾਂ ਨੇ ਜਿਹੜੀ ਨੱਕਬੰਦੀ ਦੌਰਾਨ ਕਰੀਬ 7 ਲੱਖ ਰੁਪਇਆ ਕੱਲ੍ਹ ਸੀਜ਼ ਕੀਤਾ ਸੋ ਉਹਨੂੰ ਐਸ ਪਰ ਦਾ ਗਾਈਡਲਾਈਨਸ ਆਫ ਇਲੈਕਸ਼ਨ ਕਮਿਸ਼ਨ ਉਹਨੂੰ ਅਸੀਂ ਆਪਾਂ ਸੀਜ਼ਰ ਦਿੱਤਾ ਉਹਨੂੰ ਸੀਜ਼ਰ ਦੇ ਕੇ ਅਤੇ ਉਹਨੂੰ ਅਸੀਂ ਕੰਫਿਸਕੇਟ ਕਰ ਲਿਆ ਹੁਣ ਜਿਹੜੀ ਉਹਦੀ ਕਮੇਟੀ ਹੈ ਕਮੇਟੀ ਇਹਨੂੰ ਰਿਵਿਊ ਕਰੇਗੀ ਵੀ ਇਹ ਕੀ ਵਗੈਰ ਜੈਨੂਅਨ ਹੈ ਜਾਂ ਵੈਸੇ ਪੈਸੇ ਕਿਤੇ ਖੜ ਰਹੇ ਸੀਗੇ ਸਰ ਪਤਾ ਲੱਗਾ ਕਿੱਥੋਂ ਲੈ ਕੇ ਆਏ ਸੀ ਪੈਸੇ ਕਿਹਨਾਂ ਦੇ ਸੀ ਇਹ ਆਪਦਾ ਕੁਲਵੰਤ ਸਿੰਘ ਉਹ ਕਹਿੰਦਾ ਮੇਰੇ ਬਿਜ਼ਨਸ ਦੇ ਪੈਸੇ ਸੀਗੇ ਉਹ ਪ੍ਰੂਫ ਉਹਨੂੰ ਦੇਣਾ ਪਊਗਾ ਵੀ ਕਿੱਥੋਂ ਕੀ ਬਿਜ਼ਨਸ ਕਰਦੇ ਸਰ ਉਹ ਜਿਹਨੂੰ ਹੋਟਲ ਦਾ ਵਗੈਰਾ ਜਾਂ ਪ੍ਰੋਪਰਟੀ ਡੀਲਰ ਦਾ ਬਿਜ਼ਨਸ